ਇਤਨੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਤੇ ਲੋਕਡਾਊਨ ਨੂੰ ਲੈ ਕੇ ਲੋਕਾਂ ਦੇ ਅੰਦਰ ਕਈ ਤਰ੍ਹਾਂ ਦੇ ਸਵਾਲ ਤੇ ਸ਼ੰਕੇ ਲਗਾਤਾਰ ਬਣੇ ਹੋਏ ਨੇ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੀਡੀਆ ਦੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ N95 ਮਾਸਕ ਜਿਹੜੇ ਨੇ ਉਸ ਦੀ ਉਪਲਬਧਤਾ ਜਿਹੜੀ ਹੈ ਪੰਜਾਬ ਦੇ ਅੰਦਰ 62,000 ਦੇ ਕਰੀਬ ਨੇ। ਨਾਲ ਹੀ ਉਹਨਾਂ ਨੇ PPE ਕਿੱਟ ਬਾਰੇ ਵੀ ਦੱਸਿਆ ਕਿ 14,000 ਕਿੱਟ ਜਿਹੜੀ ਹੈ ਉਹ ਸਾਡੇ ਕੋਲ ਉਪਲਬਧ ਹੈ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ 434 ਵੈਂਟੀਲੇਟਰ ਜਿਹੜੇ ਆ ਉਹ ਵੀ ਸੂਬੇ ਅੰਦਰ ਹੈਗੇ ਨੇ ਪੰਜਾਬ ਕੋਲ। ਹੁਣ ਤੱਕ ਇੱਕ ਵੈਂਟੀਲੇਟਰ ਦਾ ਇਸਤੇਮਾਲ ਜਿਹੜਾ ਹੈ ਉਹ ਪੰਜਾਬ ਅੰਦਰ ਕੀਤਾ ਗਿਆ ਕੋਰੋਨਾ ਪੀੜਿਤ ਦੇ ਇਲਾਜ ਦੌਰਾਨ। ਫਿਲਹਾਲ ਬਾਕੀ ਸਾਰੇ ਵੈਂਟੀਲੇਟਰ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਮੌਜੂਦ ਨੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਅੰਦਰ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਮਾਤਿਆਂ ਨੂੰ ਲੈ ਕੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਸਵਾਲਾਂ ਦਾ ਜਵਾਬ ਦਿੱਤਾ। ਉਹਨਾਂ ਕਿਹਾ ਕਿ 651 ਜਮਾਤੀ ਜਿਹੜੇ ਉਹ ਪੰਜਾਬ ਅੰਦਰ ਟੋਟਲ ਦਾਖਲ ਹੋਏ ਸੀਗੇ, ਜਿਨ੍ਹਾਂ ਦੇ ਵਿੱਚੋਂ 636 ਜਿਹੜੇ ਜਮਾਤੀ ਨੇ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਕੋਰੋਨਾ ਰਿਪੋਰਟ ਕੀਤੀ ਗਈ ਹੈ, ਟੈਸਟ ਕੀਤਾ ਗਿਆ ਹੈ, ਅਤੇ ਜਿਨ੍ਹਾਂ ਦੇ ਵਿੱਚੋਂ 27 ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਜਦਕਿ ਹੁਣ ਤੱਕ ਵੀ 15 ਜਮਾਤੀ ਜਿਹੜੇ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਕੋਰੋਨਾ ਵਾਇਰਸ ਦੇ ਨਾਲ। ਹੁਣ ਤੱਕ ਸੂਬੇ ਅੰਦਰ 132 ਕੋਰੋਨਾ ਪੀੜਿਤ ਮਾਮਲੇ ਸਾਹਮਣੇ ਆਏ ਨੇ, ਜਦਕਿ ਹੁਣ ਤੱਕ ਕੋਰੋਨਾ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੈ।